ਮੰਗਾ ਸਿੰਘ ਆਂਤਲ ਦੀ ਲਾਈਫ 'ਤੇ ਬਣੀ ਮੂਵੀ ਡਾਕੂਆਂ ਦਾ ਮੁੰਡਾ 2 ਦਾ ਟ੍ਰੇਲਰ ਕੁਛ ਦਿਨ ਪਹਿਲਾਂ ਰਿਲੀਜ਼ ਹੋ ਚੁੱਕਿਆ। ਇਹ ਮੂਵੀ ਡਾਕੂਆਂ ਦਾ ਮੁੰਡਾ 1 ਦਾ ਸੀਕੁਅਲ ਹੈ, ਪਰ ਇਸ ਮੂਵੀ ਵਿੱਚ 2 ਅਲੱਗ ਅਲੱਗ ਇਨਸਾਨਾਂ ਦੀ ਸਟੋਰੀਆਂ ਦਿਖਾਈਆਂ ਗਈਆਂ ਨੇ। ਡਾਕੂਆਂ ਦਾ ਮੁੰਡਾ 1 ਵਿੱਚ ਮਿੰਟੂ ਗਰੂਸਰੀਆ ਦੀ ਸਟੋਰੀ ਦਿਖਾਈ ਗਈ ਸੀ, ਅਤੇ ਇਹ ਮੂਵੀ ਵਿੱਚ ਮੰਗਾ ਸਿੰਘ ਆਂਤਲ ਦੀ ਸਟੋਰੀ ਦਿਖਾਉਣਗੇ। ਟ੍ਰੇਲਰ ਆਪਾਂ ਨੇ ਦੇਖ ਚੁੱਕੇ ਹਾਂ, ਕਿਵੇਂ ਦਾ ਟ੍ਰੇਲਰ ਕਰਦੇ ਹਾਂ ਅੱਗੇ ਗੱਲਬਾਤ। ਤਾਂ ਉਸ ਤੋਂ ਪਹਿਲਾਂ ਚੈਨਲ ਨੂੰ ਕਰੋ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਉ ਲਾਈਕ, ਤਾਂ ਜੋ ਨਵੀਆਂ ਨਵੀਆਂ ਅਪਡੇਟ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸਤਿ ਸ਼੍ਰੀ ਅਕਾਲ, ਕਿਵੇਂ ਹੋ ਸਾਰੇ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਵੈਲਕਮ ਟੂ ਮਾਈ ਯੂਟਿਊਬ ਚੈਨਲ HR TV। ਤਾਂ ਜੋ ਇਹ ਮੂਵੀ ਹੈ ਮੰਗਾ ਸਿੰਘ ਆਂਤਲ ਦੀ ਲਾਈਫ 'ਤੇ ਬਣੀ, ਉਹਨਾਂ ਦੁਆਰਾ ਲਿਖੀ ਆਪਣੀ ਸਵੈ ਜੀਵਨੀ ਸ਼ਰਾਰਤੀ ਤੱਤ ਬੁੱਕ ਵਿੱਚੋਂ ਲਈ ਗਈ ਹੈ। ਇਹ ਮੂਵੀ ਵਿੱਚ ਐਵੇਂ ਦਿਖਾਇਆ ਜਾਊਗਾ ਕਿ ਕਿਵੇਂ ਇੱਕ ਬੰਦਾ ਕਾਲਜ 'ਚ ਜਾਂਦਾ, ਉਸਨੂੰ ਉੱਥੇ ਜਾ ਕੇ ਇੱਕ ਕੁੜੀ ਨਾਲ ਪਿਆਰ ਹੁੰਦਾ, ਉੱਥੇ ਉਹ ਲੜਾਈ ਝਗੜਿਆਂ 'ਚ ਪੈ ਜਾਂਦਾ, ਨਸ਼ੇ ਕਰਨ ਲੱਗ ਜਾਂਦਾ, ਅਤੇ ਕਾਲਜ ਦੀ ਰਾਜਨੀਤੀ ਵਿੱਚ ਵੀ ਉਹ ਭਾਗ ਲੈ ਲੈਂਦਾ, ਅਤੇ ਐਂਡ ਵਿੱਚ ਉਹ ਫੁੱਲ ਨਸ਼ੇੜੀ ਹੋ ਜਾਂਦਾ। ਇਸ 'ਤੇ ਹੀ ਇਹ ਮੂਵੀ ਬਣੀ ਹੋਊਗੀ। ਬਾਕੀ ਮੂਵੀ ਦੇ ਟ੍ਰੇਲਰ ਵਿੱਚ ਤਾਂ ਆਹੀ ਕੁਝ ਦਿਖਾਇਆ, ਇਹ ਕੁਝ ਨਹੀਂ ਦਿਖਾਇਆ ਕਿ ਮੰਗਾ ਸਿੰਘ ਕਿਵੇਂ ਰਿਕਵਰ ਹੋਏ, ਉਸਨੇ ਕਿਵੇਂ ਨਸ਼ਾ ਛੱਡਿਆ, ਇਹ ਕੁਝ ਟ੍ਰੇਲਰ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ। ਬਾਕੀ ਮੂਵੀ ਵਿੱਚ ਦੇਖਾਂਗੇ ਕਿ ਇਹ ਚੀਜ਼ ਮੈਂਸ਼ਨ ਕੀਤੀ ਜਾਊਗੀ। ਮੰਗਾ ਸਿੰਘ ਦੀ ਸਟੋਰੀ ਬਹੁਤ ਇੰਸਪਾਇਰ ਕਰਨ ਵਾਲੀ ਸਟੋਰੀ ਹੈ ਕਿ ਕਿਵੇਂ ਉਹਨੇ ਨਸ਼ਾ ਛੱਡਿਆ, ਕਿਵੇਂ ਆਪਣੇ ਸਰੀਰ ਦੀ ਰਿਕਵਰੀ ਕੀਤੀ, ਕੀ ਕੁਝ ਉਹਨੂੰ ਕਰਨਾ ਪਿਆ। ਉਹ ਸਟੋਰੀ ਵੀ ਇਸ ਮੂਵੀ ਵਿੱਚ ਦਿਖਾਉਣੀ ਚਾਹੀਦੀ ਹੈ, ਜਿਸ ਨਾਲ ਮੂਵੀ ਵਿੱਚ ਇੰਟਰਸਟ ਵੱਧ ਸਕਦਾ ਹੈ। ਬਾਕੀ ਜੇ ਤੁਸੀਂ ਫੁੱਲ ਮੂਵੀ ਰਿਵਿਊ ਦੇਖਣਾ ਹੈ ਤਾਂ ਚੈਨਲ ਨੂੰ ਹੁਣੇ ਕਰੋ ਸਬਸਕ੍ਰਾਈਬ। ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।